ਵਾਹਿਗੁਰੂ ਖਾਲਸਾ ਜੀ ਫਤਿਹ। ਅੱਜ ਮੇਰੇ ਬੋਲਣ ਦਾ ਵਿਸ਼ਾ ਹੈ ਮੂਸੇਵਾਲੇ ਦਾ ਕਾਤਲ ਖੁਦ ਮੂਸੇਵਾਲ। ਕੱਲ ਪੰਜਾਬੀ ਟ੍ਰਿਬਿਊਨ ਦੀ ਖਬਰ ਸੀ ਕਿ ਲਾਰੈਂਸ ਬਿਸ਼ਨੋਈ ਨੇ ਇਹ ਕਬੂਲ ਕਰ ਲਿਆ ਕਿ ਮੂਸੇਵਾਲ ਦਾ ਕਤਲ ਉਹਨੇ ਕੀਤਾ ਸੀ ਅਤੇ ਉਹਦਾ ਕਾਰਨ ਵੀ ਉਹਨੇ ਦੱਸਿਆ ਕਿ ਮੂਸੇਵਾਲੇ ਨੇ ਉਹਦਾ ਕੋਈ ਬੰਦਾ ਕਤਲ ਕੀਤਾ ਸੀ ਅਤੇ ਉਹਨੇ ਬਦਲਾ ਲਿਆ। ਇਸ ਬਦਲਾ ਲੈਣ ਲਈ ਉਹਨੇ ਗੋਲਡੀ ਬਰਾਡ ਕੈਨੇਡਾ ਦੀ ਮਦਦ ਲਈ ਹੈ ਅਤੇ ਨਾਲ ਉਹਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਆਪਣੇ ਗਾਣਿਆਂ ਵਿੱਚ ਹਥਿਆਰਾਂ ਨੂੰ ਪ੍ਰਮੋਟ ਕਰਦਾ ਸੀ ਅਤੇ ਆਪਣੇ ਆਪ ਨੂੰ ਵੱਡਾ ਗੈਂਗਸਟਰ ਅਤੇ ਦੂਜਿਆਂ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦਾ ਸੀ, ਯਾਨੀ ਚੋਭਾ ਲਾਉਂਦਾ ਸੀ। ਅਤੇ ਉਹਨਾਂ ਚੋਭਾਂ ਦਾ ਰਿਜ਼ਲਟ ਕੀ ਨਿਕਲਿਆ, ਲਾਰੈਂਸ ਬਿਸ਼ਨੋਈ ਦਾ ਬੰਦਾ ਮੂਸੇਵਾਲ ਨੇ ਮਰਵਾ ਤਾ ਅਤੇ ਅਖੀਰ ਫਿਰ ਤੁਹਾਨੂੰ ਪਤਾ ਦੁਸ਼ਮਣ ਦੇ ਹੱਥ ਕਦੇ ਕਮਜ਼ੋਰ ਨਹੀਂ ਹੁੰਦੇ, ਉਹਨਾਂ ਨੇ ਮੂਸੇਵਾਲ ਨੂੰ ਮਰਵਾ ਤਾ। ਇਸ ਕਰਕੇ ਮੂਸੇਵਾਲਾਂ ਨੂੰ ਸ਼ਹੀਦ ਕਹਿਣਾ ਸ਼ਹੀਦ ਸ਼ਬਦ ਦਾ ਅਪਮਾਨ ਹੈ। ਸ਼ਹੀਦੀਆਂ ਤਾਂ ਹੁੰਦੀਆਂ ਨੇ ਜੋ ਸੈਲਫਲੈਸ ਹੋ ਕੇ ਕੌਮ ਵਾਸਤੇ, ਦੇਸ਼ ਵਾਸਤੇ, ਮਨੁੱਖਤਾ ਵਾਸਤੇ ਕੀਤੀਆਂ ਜਾਣ, ਜਿਵੇਂ ਗੁਰੂ ਅਰਜਨ ਦੇਵ ਜੀ ਦਾ ਤਤੇ ਉੱਤੇ ਬਹਿਣਾ, ਗੁਰੂ ਤੇਗ ਬਹਾਦਰ ਸੀਸ ਕਟਾਉਣਾ, ਵੱਡੇ ਸਾਹਿਬਜ਼ਾਦਿਆਂ ਦਾ ਚਮਕੌਰ ਦੀ ਗੱਡੀ ਸ਼ਹੀਦ ਹੋਣਾ, ਛੋਟਿਆਂ ਦਾ ਉੱਥੇ ਦੇਣੀਆਂ ਜਾਣ ਜਾਣਾ, ਜਾਂ ਹੋਰ ਸ਼ਹੀਦੀਆਂ, ਬਦਲਾ ਲਓ ਕਾਰਵਾਈਆਂ ਨੂੰ ਸ਼ਹੀਦ ਕਹਿਣਾ, ਇਹ ਬਹੁਤ ਹੀ ਗਲਤੀ ਹੋਏਗੀ। ਇਸ ਕਰਕੇ ਅੱਜ ਤੋਂ ਬਾਅਦ ਮੂਸੇਵਾਲਾ ਕਾਂਡ ਦਾ ਭੋਗ ਪਾ ਦਿਓ ਅਤੇ ਅਰਦਾਸ ਕਰੋ ਕਿ ਸਾਡੇ ਬੱਚੇ ਸੰਸਕਾਰੀ ਬਣਨ, ਮੂਸੇਵਾਲੇ ਵਰਗੇ ਬੇਵਕੂਫ ਨਾ ਬਣਨ। ਅਤੇ ਜਦੋਂ ਜਾਨਾਂ ਜਾਂਦੀਆਂ ਨੇ ਫਿਰ ਪਤਾ ਲੱਗਦਾ ਕਿ ਕੀ ਭਾਅ ਵਿਕਦੀ ਹੈ। ਮੈਨੂੰ ਸਮਝ ਨਹੀਂ ਆਉਂਦੀ ਜੇ ਮੂਸੇਵਾਲੇ ਨੂੰ ਉਹਦੇ ਮਾਪਿਆਂ ਨੇ ਚੰਗੀ ਅਕਲ ਦਿੱਤੀ ਹੁੰਦੀ ਆ ਸੰਸਕਾਰ, ਅਤੇ ਉਹ ਇਹ ਕੰਮ ਨਾ ਕਰਦਾ, ਅਤੇ ਮਾਪਿਆਂ ਦੇ ਆਪਣੇ ਸੰਸਕਾਰ ਅੱਛੇ ਨਹੀਂ ਹੈਗੇ। ਅਤੇ ਅੱਜ ਤੱਕ ਵੀ ਜਿਹੜਾ ਬਲਕੌਰ ਸਿੰਘ ਹੈ ਉਹ ਕਾਤਲਾਂ ਢੂੰਡਣ ਦੀ ਕੋਸ਼ਿਸ਼ ਕਰ ਰਿਹਾ ਕਿ ਕਾਤਲ ਦਾ ਪੁੱਤਰ ਆਪ ਹੈ। ਅਤੇ ਇਸ ਕਰਕੇ ਉਹਨਾਂ ਨੂੰ ਪਛਤਾਵਾ ਕਰਨਾ ਚਾਹੀਦਾ ਕਿ ਰੱਬਾ ਸਾਡੇ ਘਰ ਇਹੋ ਜਿਹਾ ਪੁੱਤਰ ਕਿਉਂ ਦਿੱਤਾ, ਕਿਉਂਕਿ ਗੁਰਬਾਣੀ 'ਚ ਵੀ ਲਿਖਿਆ ਕਿ ਇਹੋ ਜਿਹਾ ਬੱਚਾ ਪੈਦਾ ਹੋਣ ਨਾਲ ਤਾਂ ਮਾਂ ਬਾਂਝ ਹੀ ਹੋ ਜਾਇਆ ਕਰੇ, ਇਹੋ ਜਿਹੀ ਔਲਾਦ ਪੈਦਾ ਹੋਵੇ ਹੀ ਨਾ। ਸੋ ਇਸ ਕਰਕੇ ਆਪਾਂ ਮੂਸੇਵਾਲਾ ਦੀ ਮੌਤ ਤੋਂ ਸਬਕ ਸਿੱਖੀਏ। ਅਤੇ ਬਾਕੀ ਜਿਹੜੀ ਮੈਂ ਇੱਕ ਨੁਕਤਾ ਹੋਰ ਲੈਣਾ ਚਾਹੁੰਦਾ, ਗੈਂਗਸਟਰ ਬੰਦੇ ਨਹੀਂ ਹੁੰਦੇ, ਗੈਂਗਸਟਰ ਸਰਕਾਰਾਂ ਹੁੰਦੀਆਂ। ਸਰਕਾਰਾਂ ਦੀਆਂ ਜਾਤੀਆਂ ਬੰਦੇ ਨੂੰ ਗੈਂਗਸਟਰ ਬਣਨ ਵਾਸਤੇ ਮਜਬੂਰ ਕਰਦੀਆਂ ਨੇ। ਇਸ ਕਰਕੇ ਸਾਡੇ ਜਿਹੜਾ ਕਾਨੂੰਨ ਹੈ ਉਹਨੂੰ ਚਾਹੀਦਾ ਕਿ ਉਹ ਸਰਕਾਰਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕੇ, ਜੋ ਸਹੀ ਲੋਕ ਨੇ ਉਹੀ ਰਾਜ ਕਰਨ ਅਤੇ ਸਾਰੀ ਮਨੁੱਖਤਾ ਸੁਖੀ ਵਸੇ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ।